ਮਰਿਆ ਪਿਆ ਕੋਈ ਹੈ ਨਾ ਹਾਂ ਬੰਦੇ ਵੀ ਤਾਂ ਮਰੇ ਆ ਤੇ ਰੁੜੇ ਆ ਘੋਰ ਦੇਖੋ ਕਿੱਡਾ ਤਗੜਾ ਪੈ ਗਿਆ ਤੇ ਸੜਕ ਨਿਗਾ ਜਿੱਥੋਂ ਤੱਕ ਜਾਂਦੀ ਉਦੋਂ ਤੱਕ ਪਾਣੀ ਪਾਣੀ ਆ ਹਨਾ ਕੋਠੀ ਦੇ ਟੌਪ ਤੇ ਚੜੇ ਆ ਜਿਹੜਾ ਘਰ ਨਾ ਇਹ ਵਾਲਾ ਇਹਦਾ ਮਤਲਬ ਚਾਰ ਦੁਆਰਾ ਐ ਨੂੰ ਘਿਰਿਆ ਪਿਆ ਪਾਣੀ ਨਾਲ ਗਾਇਸ ਸਾਹਮਣੇ ਨਾ ਸ਼ਾਇਦ ਬਲਬ ਜਗਦਾ ਪਿਆ ਗੁਰਦੁਆਰੇ ਦੇ ਅੰਦਰ ਵੀ ਹੋਣਾ ਪਾਣੀ ਹੈ ਨਾ गाइस गुड मॉर्निंग वेलकम बैक टू न्यू व्लॉग ते कल असीं उत्थे गए सी कि साडे बंदे नाल बहुत ज्यादा पानी आ गया हैगा ते अज ना डैडी उन्होंने फोन लाया कि गां इत्थे कुत्तियां ने वढ़ती आ मतलब गां रात रात पुल ते वाधू गावां लोग छड्ड जांदे ना ते उहनूं कुत्तियां ने ना वढ़ वढ़ के ना मतलब जख्मी करता वा ते शायद ना गां वा ते आपां उहनूं हुण दवाई दिवाउणी आ टीका लवाउणा वा दर्द तों खो इधर गाइस की बणिया होया वा ते पिछों ना पिछों मैं विखा नहीं सकदा तुहाडे लई वधिया नहीं होणा इतने गां डिगी हुई है तो इतने पता नहीं किदा फड़ ली रात को इधर कुत्ते बहुत डे मतलब खतरनाक गंदे कुत्ते आ तो मतलब गा उन्होंने मूँह खून लगा हो तो गावं ही वढ़न लग पे गावं ही खाने लग पे जिदा गावं छड गया कोई कुछ भी छड गया उन्होंने खाते पहले मर गई डॉक्टर को बुलाने की लोड़ ही नहीं पई देख लो तो पिछों इन्ना खाधा पिया मैं तुम दस ही नहीं सकता रात को इतने पता नहीं लगता मतलब लोग वेलो इदा छड़ देंगे जे आ पता मेन गल आ आ सिंग नहीं डमाने चाहिए मेन गल जे हुण वेखो इहनू छड्डता वा उत्तों सिंग डमाए हुए आ ते ना इह मार सकदी किसे कुत्ते नूं किन्नी ना गलत गल आ फिर सिंग ना डमाओ जे छड्डनी आ ऐ सोचा डॉक्टर टीका ला जूगा तो थोड़ी जी इहनू राहत मिल जूगी मतलब दर्द दुर्द तों इहदी हुणे जदों मैं आया थोड़े चिर पहले ही डैथ हो गई मतलब जे सी बी लैन चलिया टोआ मार के उहनू नप्पणा वा गां नूं ते लप के लियाउणे कोई जे सी बी वाला भाऊ ओ जिहड़ी जे सी बी ते बुक हो गई अपनी तां ओह आपां लै के जाणी आ देखो इधर की मर के आया होया इहदे विच रुड़ के मुंडा दी लून खिच लियाउणे आ बाहरों ही इत्थे सही आ रस्सा पा लैणे आ पहला की हाल पिछों तो विखाउण वाली नहीं आ ਭਾਵਾਂ ਅਸੀਂ ਕਿਸੇ ਤਰੀਕੇ ਨਾਲ ਲੈ ਜਾਂਦੇ ਪਰ ਹੋਰ ਸਾਡੇ ਕੋਈ ਤਰੀਕਾ ਨਹੀਂ ਇੱਦਾਂ ਹੀ ਖਿੱਚ ਕੇ ਲਿਜਾਣੀ ਪੈਣੀ ਸੀ ਉਹ ਦੇਖੋ ਕੁੱਤਾ ਫੇਰ ਆ ਗਿਆ ਉਹਨੂੰ ਖਾਣ ਵਾਸਤੇ ਵੀ ਸਾਡਾ ਸ਼ਿਕਾਰ ਜਿਹੜਾ ਵਾ ਵੀ ਉਹ ਲੈ ਗਏ ਇਹ ਉਹਨੂੰ ਇੰਨਾ ਪਤਾ ਵਾ ਵੀ ਇਹਨਾਂ ਨੇ ਚੱਕ ਕੇ ਹੁਣ ਵਿੱਚ ਸਿੱਟਣਾ ਦੇਖੋ ਲੈ ਲਓ ਕਿੱਡਾ ਗੰਦਾ ਦੇਖੋ ਘਰੋਂ ਦੇ ਹੱਲ ਕਿੰਨਾ ਧਿਆਨ ਆ ਵੀ ਅਸੀਂ ਰਾਤ ਮਾਰਿਆ ਇਹਨੂੰ ਅਸੀਂ ਟਾਪੇ ਤੇ ਦੇਖੋ ਰੱਖਣੀ ਪਈ ਤਾਂ ਉਹ ਦੇਖੋ ਇਹਨਾਂ ਨੂੰ ਸਾਰਾ ਪਤਾ ਇਹਨਾਂ ਨੇ ਟੋਆ ਪੱਟਣਾ ਬਾਅਦ ਚ ਇੱਥੇ ਬਸ ਅਸੀਂ ਲੂਣ ਲੈ ਕੇ ਨਹੀਂ ਆਏ ਸਾਨੂੰ ਯਾਦ ਨਹੀਂ ਰਿਹਾ ਚਲੋ ਇੱਦਾਂ ਨੱਪ ਦਿੰਦੇ ਇੱਕ ਵਾਰੀ ਉੱਦਾਂ ਤਾਂ ਇੱਥੇ ਗਾਇਸ ਕੋਈ ਵਹਿੰਦਾ ਹੀ ਨਹੀਂ ਕੋਈ ਨੱਪਦਾ ਹੀ ਨਹੀਂ ਇੱਥੇ ਬੜੇ ਮਰਦੀਆਂ ਗਾਵਾਂ ਲੋਕ ਛੱਡ ਜਾਂਦੇ ਹੁਣ ਅਸੀਂ ਜਿੰਮ ਜਾਣਾ ਵਾ ਅਤੇ ਡੈਡੀ ਨੂੰ ਪੈਸੇ ਫੜਾ ਜਾਂਦੇ ਹਾਂ ਆ ਇਹਨੂੰ ਪੈਸੇ ਜੇ ਸੀ ਬੀ ਵਾਲ ਨੂੰ ਹਾਂ ਪੁੱਛ ਰਿਹਾ ਕਿੰਨੇ ਸਹੀ ਹੈ ਚਲੋ ਗਾਇਸ ਹੁਣ ਨਾ ਆਪਾਂ ਚੱਲੇ ਹਾਂ ਰਿਸ਼ਤੇਦਾਰਾਂ ਘਰੇ ਤੇ ਉਹਨਾਂ ਦੇ ਨਾ ਪੜੋ ਜੇ ਪਾਣੀ ਪੂਣੀ ਆਉਣ ਦਾ ਖਤਰਾ ਨਾ ਆਪਾਂ ਕਿਉਂ ਦਾ ਉੱਪਰ ਰੱਖ ਕੇ ਆਉਣਾ ਵਾ ਤਾਂ ਪਾਣੀ ਮਤਲਬ ਆਉਣ ਵਾਲਾ ਨਾ ਆਣੇ ਉੱਪਰ ਰੱਖਣੇ ਆ ਅਸੀਂ ਮਤਲਬ ਭੜੋਲੇ ਭੜੋਲੇ ਤਾਂ ਛੱਤ ਤੇ ਰਖਾਉਣ ਚੱਲੇ ਹਾਂ ਵੀ ਉਹਨਾਂ ਦੀ ਮਦਦ ਹੋ ਸਕੇ ਮੀਂਹ ਬੜਾ ਜ਼ਿਆਦਾ ਨਾ ਗਾਂ ਵੇਖ ਮੀਂਹ ਕੈਸ ਵੇਖੋ ਧੁੱਪੇ ਸ਼ੁਰੂ ਹੋ ਗਿਆ ਪਰ ਚਲੋ ਬੱਦਲ ਹੈਗਾ ਇੱਥੇ ਅੱਜ ਤਾਂ ਮੀਂਹ ਨਹੀਂ ਹੈਗਾ ਕੋਈ ਇੰਤਰ ਸਾਰਾ ਬੰਨਾ ਇਧਰੋਂ ਗਿੱਦੜ ਪਿੰਡੀ ਵਾਲਾ ਏਰੀਆ ਵੀ ਡੁੱਬਾ ਪਿਆ ਸਾਰਾ ਇੱਥੋਂ ਦੇਖੋ ਅਸੀਂ ਅੱਗੇ ਆਏ ਹਾਂ ਤਾਂ ਇੱਧਰ ਕੁਛ ਮਤਲਬ ਹਰਾ ਹਰਾ ਭਰਾ ਕੁਛ ਦਿਖਦਾ ਹੀ ਨਹੀਂ ਪਿਆ ਇਕੱਲਾ ਪਾਣੀ ਦਿਖਦਾ ਜਿਵੇਂ ਬਹੁਤ ਤਕੜਾ ਦਰਿਆ ਹੁੰਦਾ ਵੇਖਿਓ ਸਾ ਇੱਧਰੋਂ ਕਿੰਨਾ ਲੋਕ ਨਾ ਇਹ ਘਰਾਂ 'ਚ ਆ ਵੀ ਬੈਠੇ ਹੋਏ ਕੋਈ ਨਿਕਲਦਾ ਨਹੀਂ ਪਿਆ ਉਹ ਗਾਂ ਦੇਖੋ ਕੋਠੀ ਪਰੇ ਸਾਰਾ ਏਰੀਆ ਹੀ ਡੁੱਬਾ ਪਿਆ ਇੱਧਰ ਤਾਂ ਉਹ ਦੇਖੋ ਪਾਣੀ ਵਿੱਚ ਦੀ ਮੁਰਸਲ ਲਈ ਜਾਂਦੇ ਗਾਂ ਦੇਖ ਸਕਦੇ ਤੁਸੀਂ ਆਹ ਸਤਲੁਜ ਨੇ ਤਾਂ ਬਹੁਤ ਜ਼ਿਆਦਾ ਹੀ ਕਹਿਰ ਕੀਤਾ ਸਾਡੇ ਏਰੀਆ ਵਾਲੇ ਬੰਨੇ ਵੀ ਇਹ ਬਹੁਤ ਬੁਰਾ ਹਾਲ ਆ ਤਾਂ ਇੱਧਰ ਵੀ ਦੇਖੋ ਬਹੁਤ ਬੁਰਾ ਹਾਲ ਦੇਖੋ ਕਿੱਦਾਂ ਪਾਣੀ ਪਾਣੀ ਇੱਧਰ ਗਾਇਸ ਕਿੰਨਾ ਪਾਣੀ ਹੋ ਗਿਆ ਮੈਂ ਤੁਹਾਨੂੰ ਪਾਣੀ ਦਿਖਾਉਣਾ ਆਹ ਅਗਲਾ ਰਾਹ ਵਾ ਦਾਰੇਵਾਲ ਦਾ ਪਰੇ ਸੜਕ ਜਾਂਦੀ ਅਤੇ ਪਰੇ ਪਿੰਡ ਆ ਉਹ ਅਤੇ ਆਹ ਦੇਖੋ ਪਾਣੀ ਅੱਗੋਂ ਸੜਕ ਤੋਂ ਇੱਥੋਂ ਵਿੱਚਦੀ ਜਾਂਦੇ ਕਈ ਮੁਰਸਲ ਨਿਗਾ ਕੇ ਪਾਣੀ ਪਾਣੀ ਆ ਦੇਖੋ ਉਹ ਗੱਡੀਆਂ ਜਾਂਦੀਆਂ ਪਾਣੀ ਵਾਲੇ ਵੀ ਇਹ ਜਿਵੇਂ ਦੂਜੀ ਸੇਵਾ ਚੌਲਾਂ ਵਾਲੀ ਆ ਹਨਾ ਰੋਟੀ ਰੂਟੀ ਵਾਲੇ ਗੱਡੀਆਂ ਪਾਣੀ ਵਾਲੀਆਂ ਵੀ ਜਾਂਦੀਆਂ ਪਈਆਂ ਤਾਂ ਅਸੀਂ ਜਿਹੜੀ ਚੀਜ਼ ਦੀ ਲੋੜ ਆ ਅਸੀਂ ਹੁਣ ਕੱਲ੍ਹ ਹੀ ਲੈ ਕੇ ਆਵਾਂਗੇ ਅੱਜ ਤੱਕ ਨਾਲ ਵੈਸੇ ਅਸੀਂ ਆਏ ਸੀ ਮਤਲਬ ਵੇਖਣ ਕਿਉਂਕਿ ਸਾਡੇ ਤੋਂ ਥੋੜ੍ਹਾ ਦੂਰ ਪੈਂਦਾ ਗਿੱਦੜ ਪਿੰਡੀ ਗਿੱਦੜ ਪਿੰਡੀ ਦਾ ਹਾਲ ਦੇਖੋ ਸਾਰਾ ਗਿੱਦੜ ਪਿੰਡੀ ਵਾਲਾ ਏਰੀਆ ਹੀ ਡੁੱਬਾ ਪਿਆ ਤਾਂ ਗਾਂ ਦੇਖੋ ਇੱਥੇ ਸੜਕ ਆ ਜਿੱਥੇ ਅਸੀਂ ਹੋਣਾ ਹਨਾ ਅਤੇ ਗਾਂ ਸਾਰਾ ਡੁੱਬਾ ਹੀ ਪਿਆ ਥਾਂ ਕੋਈ ਨਾ ਘਰ ਸਾਹਮਣੇ ਆਪਦੇ ਗੱਟੂ ਲਾ ਲਏ ਆ ਤਾਂ ਕਿ ਪਾਣੀ ਨਾ ਐਂਟਰੀ ਕਰੇ ਜਾਏ ਤੈਰਨ ਗੁਰਦੁਆਰਾ ਟਾਹਲੀ ਸਾਹਿਬ ਦੇਖੋ ਪਾਣੀ ਗੁਰਦੁਆਰੇ ਦੇ ਅੰਦਰ ਵੀ ਹੋਣਾ ਪਾਣੀ ਹੈ ਨਾ ਆਏ ਹੋਣੇ ਆ ਸਾਰੇ ਇੱਥੇ ਆਉਂਦੇ ਆ ਟਾਹਲੀ ਸਾਹਿਬ ਆਪਣੇ ਪੰਜਾਬੀ ਮੇਂ ਆਵੇ ਮੈਂ ਇੱਥੋਂ ਦੱਸ ਸਕਦਾ ਕਿੰਨਾ ਹਨਾ ਜਾਮ ਨੂੰ ਦੇਖੋ ਡੁੱਬਾ ਆ
बाद च अं गए गिद्दड़ पिनी के स्टेशन वाल नूं, तो उधर देखो पानी थोड़ा लै गया है, तो इधर की इट्टां देखो किद्दां बैठियां होईयां हैगियां। आ स्टेशन वाल नूं देखो, आ स्टेशन वाला राह जांदा सारा डुब गया। ओ सामने स्टेशन आ गिद्दड़ पिंडी दा, सारा एरिया ही डुब्बा पिया। इत्थों तुहानूं पूरा व्यू दिखदा होणा वा, असीं घर को खड़े हां जिहड़ा कि ओह वी पानी च आ घर आ जिहड़ा, ते गां सारा देखो हुण सनसैट होण वाला ही आ। सारे इत्थों दूर तक देखो निगाह मारो, सारे घर ही डुब्बे होए। मतलब जिन्हां नूं नहीं लोड़ ना समान दे, इत्थे मतलब वंडदे पए आ, उन्हां नूं ज़्यादा समान मिलदा पिया, जिहड़े आ आ घरां च नहीं पहुँचदा पिया समान। जिद्दां हुण आ वा इत्थे मतलब बोट बोट की जरूरत, बोट है नहीं गियां इत्थे किते, ते मतलब जरूरत बोटां दी आ जिहड़ियां कि स्पीड बोट होण। देखो आ जिहड़े लोक घरां च ही आ तुरे फिरदे, ओ सामने वी तुसीं देख सकदे आ, ओ सामने ना शायद बल्ब जगदा पिया, ओ देखो ट्रांसफार्म को निगाह जिथो तक जाती उथो तक पानी पानी आ, निक्कियां निक्कियां मोटर मतलब देख दियां पईयां दूरों दूरों, सारा कोई डुब गया। अना ए रिश्तेदार घरे कोठी के टॉप से चढ़े हाँ, जरा घर ना ये वाला यद मतलब चार द्वारा एन घिरया पे पानी ना गए वाला सारा। हूँ अं वापस जाने पे हाँ, तो आप ना साडे एरिए मदद करा, क्योंकि उधर ज्यादा लौड़ है, इधर ज्यादातर ना लोग बहुत मदद, खाण पीन बहुत ज्यादा प्रबंध इधर है अं वेख्या। सड़क करती तबाह गाए, सड़क तोड़ दी सारिया, वेखो हड़ ने पानी उधर ना थोड़ा घटिया बहुत, बाकी टुट गई ना ये भी हो सकता, बाकी तां ना छेती जान लग पिया, टुटदे सारी टुट गई ना, किन्नी सड़क दा नुकसान होया। देखो पानी किन्नी तेज जान दिया सामने, देखो हाँ उदन जड़ियां झुग्गियां देखियां उदो पूरियां डुब्बियां ही, अज थोड़ियां नंगियां हो गई, फर्क पै गया पानी दा, मतलब घटिया पानी। सड़क देखो सारी टुट गई, इहदा बन्ना है ना किन्ना लै गया वा, तां इत्थों किन्नी दूरों लत्थी आ, देखो किन्नी दूर किन्नी लंबाई च सड़क टुट चुकी आ। मुठे वाले बन ते भगवंत मान ने आना सी अपने सीएम साहब ने, ते उस तो बाद चो डॉक्टरी की सुविधा भी सारे आ परले बने, डॉक्टरी की सुविधा वा, खान पीन सारा कुछ ए टू जेड ही है इत्थे भी हैगा। गाइस देखो मज्जा लद लद लई जांदे आ बेचारे, आवे डेगन नु कर इल जानगे किथों की पता, लालू जानगे दारू लप के ना आ बेचारी तो खड़ी महा वा। चलो गाइस हुण आपां घरां नु जाने पए आ, क्योंकि इत्थे भगवंत मान ने आउणा, भीड़ बहुत ज्यादा सी ते अहीं ना उत्थे फिर पड़ास भी बहुत ज्यादा सी, असीं सोचा कि शाम नु आवांगे, शाम नु तुहानू दिखावांगे कि की नुकसान होया साडे इलाके दा।